हाँ जी सत श्रीकाल। अज दूजा दिन आपना अपन ए हो गया सीगा भी सोमवार गड्डी निकलूगी पर एक मिनट शो आ रहा छोटा हाथी है जान दो बस जान दो जान दो जान दो बाय बाय पठान वाले हो रात यार इतने एक्सीडेंट हो गया असी रोटी बनाने सीगे सानू पता नहीं लग्या पिछे बंदा आया रोटी खा के घूमना पर पिकअप आ रही आ रही थी पिकअप जी उन्हें चक के मारिया लेंदे जाते मर गया बेचारा। चलो जो किस्मत आ होटल हुण बनिया पहला तो है नहीं सीगा चले आपां भर के सिलिकॉन पत्थर है कि नहीं अंकल नजारे लेंदे जावांगे नजारे सानू तां टेंशन जी हो गई थी भी लै भी दो दिन खड़ना पै जाना खोल दिए हुण आ तारे दईए है ना हाँ भाई पठान वाले ने ला के दत्ता सीगा कवर जा भाई केड़ी कंपनी च जाना बहुत डरते हैं ड्रोने दे ड्रोना अंकल कहना कहना हाथ लाने दे भी ऐ डरते हैं वो भी पता नहीं क्या हो जूगा पैसे भी ना जेड़ा इन्होंने मतलब डाला लिया और चलते हैं पठान वाले पैसे पे होने बटुए च मेरे को दस का पंज का और एक दस का आए देखो हाँ इन्हों का राजा जेड़ा आजू आजू ने नहीं कर पता लाइव की फोटो ट्रांसपोर्ट च आए इन्हों का राजा पांच रुपये ना दस रुपये आना चलो हम अगे कदे करांगे स्टॉपेज फिर रोटी रोटी बनावांगे सब्जी अपनी पई हो आई गर्म करके खा लेनी आ कि खराब हो चाबी बाहर है ना लाइए इतने रोक के ना धो तो के कपड़े तो अगे धोवे कि कपड़े नहीं धोने है पन्ना वनावे मगर चलोंगे इतों गोली मांग दाड़ी देख किड्डी किड्डी होगी तान तान लग गई खाते हो गए ना हम बड़ी दाड़ी रखी नहीं लाई नहा के अपने चाह पानी पी लिया तो हम तुरद अगे छाव लावे गड्डी कदे तो देख रहे उत्ते क्या बनाना क्या करना तुरद हम इतों तो आर टी ओ का पता करना पैना भी खड़िया कि नहीं भी चल पे आप जलपाईगुड़ी है इतों चाली चाली पताली किलोमीटर होना तेरा भला हो जाए चाली पताली किलोमीटर है जलपाईगुड़ी उस तो पहला हम रोक के कि छावे लावे गड्डी सब्जी अपने को पई आ खराब होने से पहला पहला रोटी बना लाँगे रोटियां तारनियां बस चार चार क्या हो गया बटू वाला पे फोन कितने रखा कितने था नदियां हरे भरे दरख्त बहुत हैं
ਜਿੱਧਰ ਮਰਜ਼ੀ ਦੇਖ ਲਾ, ਹਰਿਆਲੀ ਹਰਿਆਲੀ ਹੈ, ਹਰਿਆਲੀ ਹਰਿਆਲੀ। ਪਹਾੜੀਆਂ ਦੇਖੋ ਕਿੰਨੀਆਂ ਸਾਫ ਦਿਖਦੀਆਂ ਇੱਥੋਂ। ਪੱਖੇ ਵਾਲਾ ਹੋਟਲ ਤਾਂ ਅੱਗੇ ਹੈ ਨਾ, ਚਾਲੀ ਪੰਜਾਹ ਪੱਖੇ ਲਾਏ ਹੋਏ ਉਹ ਬੰਦੇ ਨੇ, ਤਾਂ ਉਹਦਾ ਪੱਖੇ ਵਾਲਾ ਹੋਟਲ ਪੈ ਗਿਆ ਨਾਮ। ਹਾਂ ਹਾਂ ਇੱਧਰ ਜਿੰਨੇ ਵੀ ਬਾਗ ਹੈ ਨਾ ਚਾਹ ਪੱਤੀਆਂ ਦੇ, ਸਭ ਬੜੀ ਬੜੀ ਕੰਪਨੀਆਂ ਦੇ ਹੈ, ਕੋਈ ਟਾਟਾ ਵਾਲਿਆਂ ਦੇ ਆ, ਕੋਈ ਜਿਹੜੇ ਹੋਰ ਮਾਰਵਲ ਆ ਕਿਤੇ ਮਾਤੜ ਦੇ ਆ, ਆਈ ਨਹੀਂ ਵਿਚਾਰੇ ਜੇ ਕਿਤੇ ਕਿਤੇ ਨੂੰ ਆ ਚਾਹ ਪੱਤੀ। ਇੱਧਰ ਵੀ ਅਤੇ ਵੀਰ ਭਲਾ ਕਰ ਲਿਆ ਆਪਾਂ ਬਾਹਰ, ਸ਼ਹਿਰ 'ਚ ਆਪਾਂ ਵੀਡੀਓ ਤਾਂ ਨਹੀਂ ਬਣਾਉਂਦੇ ਕਿਉਂਕਿ ਸਾਨੂੰ ਪਤਾ ਫਿਰ ਟ੍ਰੈਫਿਕ ਆ ਹੈ ਨਾ, ਇਸ ਕਰਕੇ ਜਿੱਥੇ ਨੂੰ ਵਿਹਲ ਹੋਈ ਦੀ ਆ ਉੱਥੇ ਨੂੰ ਬਣਾ ਲਈ ਦੀ ਆ। ਵੀਰ ਜੀ ਸਿਲੀਗੁੜੀ ਦੇਖਦੇ ਹਾਂ, ਸਿਲੀਗੁੜੀ ਹੈਗਾ ਇੱਥੋਂ 171 ਕੁ ਕਿਲੋਮੀਟਰ, ਪਤਾ ਨਹੀਂ 171 ਕੁ ਕਿਲੋਮੀਟਰ ਹੈ ਨਹੀਂ ਹੈ ਹਾਂ, ਇੱਕ ਸਿਲੀਗੁੜੀ ਦਾ ਬੋਰਡ ਆਇਆ ਸੀਗਾ 163 ਕਿਲੋਮੀਟਰ ਦਾ। ਛਾਵਾਂ ਦੇਖੀਏ ਕਿਤੇ, ਜਲਪਾਈਗੁੜੀ ਰਹਿ ਗਿਆ 35-85 ਰਹਿ ਗਿਆ ਸਿਲੀਗੁੜੀ, ਜਲਪਾਈਗੁੜੀ ਵਾਲੇ ਆ ਡੀਓ ਦਾ ਖਤਰਾ। ਉਹ ਨਿਕਲ ਜਾਈਏ, ਉਸ ਤੋਂ ਅੱਗੇ ਕੋਈ ਖਤਰਾ ਨਹੀਂ, ਫਿਰ ਜਾ ਕੇ ਕਿਹੜਾ ਉਹ ਸਿਲੀਗੁੜੀ ਪੂਰੀ ਨਾ ਰੋਕ ਲਵਾਂ, ਔਰ ਛਾਵਾਂ ਛੂਵਾਂ ਜੀ ਤਾਂ ਹੈ ਨਹੀਂ ਸਾਲੀ। ਚਲ ਆ ਪੁਲ ਪਾਰ ਕਰਕੇ ਦੇਖ, ਨਾਲੇ ਔਰ ਤਾਂ ਹੋਟਲ ਆ, ਇਹਨਾਂ ਨੇ ਰੁਕਣ ਨਹੀਂ ਦੇਣਾ। ਔਰ ਵੀ ਇੱਥੇ ਰੁਕ ਗਏ ਆਪਾਂ, ਸਾਈਡ 'ਚ ਛਾਵਾਂ ਛੂਵਾਂ ਤਾਂ ਮਿਲੇ ਨਹੀਂ। 5 ਰੋਟੀਆਂ ਮੰਗਿਆ ਬਣਨ, ਇਹ ਤਾਂ ਪਕਾਉਣੀਆਂ ਹੀ ਪੈਣੀਆਂ, ਹੋਰ ਪਕਾ ਲੈ ਰਹੇ। ਅਤੇ ਇੱਧਰ ਪਾਣੀ ਦੇਖ ਕਦੇ ਘਰੋਂ ਮੰਗ ਲਿਆਵਾਂਗੇ, ਗੱਡੀ ਦੇ ਥੱਲੇ ਬਹਿ ਕੇ ਹੀ ਬਣਾ ਲਾਂਗੇ ਰੋਟੀ। ਹੋਰ ਕਿਆ ਕਰਨਾ ਆਪਾਂ ਨੇ, ਸਬਜ਼ੀ ਆਉਣੀ ਦੇਖੀ, ਸਬਜ਼ੀ ਖਰਾਬ ਤਾਂ ਨਹੀਂ ਹੋਈ, ਨਹੀਂ ਫਿਰ ਸੇਬ ਭਾਜੀ ਬਣਾਵਾਂ। ਠੀਕ ਹੈ, ਜੇ ਕਦੇ ਗਰਮ ਕਰੇ ਤੇ ਖਰਾਬ ਨਾ ਹੋ ਜਾਏ। ਹੈਂ ਵੀ ਅੰਕਲ ਦੇਖਦਾ ਇੰਨੇ ਟਾਇਰ, ਤੇ ਆਪਾਂ ਕੱਢਦੇ ਹਾਂ ਸਮਾਨ ਆਪਣਾ ਰੋਟੀ ਪਾਣੀ ਦਾ। ਆਟਾ ਲਿਆ ਪਾ ਆਪਾਂ ਨੇ ਦੋ ਬੰਦੇ ਜੋਗਾ, ਜ਼ਿਆਦਾ ਹੀ ਆਟਾ ਘੱਟ ਕਰਦੇ ਹਾਂ। ਅਤੇ ਅੰਕਲ ਗਿਆ ਪਾਣੀ ਲੈਣ ਉੱਧਰ, ਅਤੇ ਆਪਾਂ ਗੁੰਨਦੇ ਆਟਾ, ਅਤੇ ਰੋਟੀ ਰੋਟੀ ਬਣਾਉਣੀ ਆ ਆਪਾਂ ਨੇ, ਤੁਹਾਨੂੰ ਪਤਾ ਹੀ ਆ। ਐਮ ਕੁੱਕ ਬੁਆਏ, ਆਹਾ ਮਿਸ਼ਰੀ ਦਾ ਤਾਂ ਆਨੰਦ ਹੋਰ ਆ, ਧਾਗੇ ਵਾਲੀ ਮਿਸ਼ਰੀ ਲਈ ਸੀਗੀ ਮੈਂ। ਲੱਗ ਰਿਹਾ ਜ਼ੋਰ, ਲੰਗਰ ਛਕਣਾ ਹੀ ਪੜਾ।
ਲੰਗਰ ਤੇ ਛਕਣਾ ਹੀ ਆ ਯਾਰ ਬਾਈ, ਜੋ ਮਰਜ਼ੀ ਹੋ ਜਾਵੇ ਬਾਈ, ਇੰਨਾ ਘਾਟਾ ਬਹੁਤ ਆ ਆਪਾਂ ਦੋਨੋਂ ਨੂੰ। ਅੱਗੇ ਵੀ ਧਿਆਨ ਰੱਖੀ ਕਦੇ, ਅੱਗੇ ਤੁਸੀਂ ਚੱਕ ਲੈ ਜਾਵੇ ਕੋਈ। ਲੈ ਜੀ ਆਟਾ ਹੋ ਗਿਆ ਤਿਆਰ ਆਪਣਾ, ਅਤੇ ਹੁਣ ਤਵਾ ਲਿਆ ਧੋ ਅਤੇ ਪਕਾਉਂਦੇ ਹਾਂ ਰੋਟੀਆਂ। ਸੁੱਕਾ ਆਟਾ ਹੈ, ਤਵਾ ਵੀ ਆਪਣਾ ਤਿਆਰ ਤਿਆਰ। ਹਾਂ ਇਹਨੂੰ ਗੈਸ ਲਾ ਲਵਾਂ ਅੰਕਲ। ਆ ਵੀ ਰੋਟੀਆਂ ਬਣ ਕੇ ਹੋ ਗਈਆਂ ਤਿਆਰ ਆਪਣੀਆਂ, ਦੇਖੋ ਲਾਸਟ ਰਹਿ ਗਈ ਤਵੇ ਦੀ ਰੋਟੀ। ਅਤੇ ਸਬਜ਼ੀ ਗਰਮ ਦਾ ਕਿਆ ਕਰੂੰਗੇ, ਹੈ ਨਾ, ਜੇ ਗਰਮ ਕਰੀ ਖਰਾਬ ਹੋ ਜਾਣੀ ਹੈ ਨਾ। ਟਮਾਟਰ ਪਾਏ ਵੇ, ਇੱਕਣੇ ਚੱਕ ਦੇਣੀ। ਰੋਟੀਆਂ ਗਰਮ ਹੈਗੀਆਂ, ਚੋਪੜ ਲੈਣੀਆਂ ਦੇਸੀ ਘੀ ਗੱਲ। ਬਸ ਚੱਲਣ ਦਾ ਫਿਰ ਦੇਸੀ ਘੀ ਹੈ ਨਾ, ਨਾ ਤਵੇ ਵਾਲੀ ਦਾ ਉਹ ਪਈ ਹੈ। ਦੇਖ ਫਿਰ ਤੁਹਾਡਾ ਯਾਰ ਕਿਵੇਂ ਪਾਉਂਦਾ ਰੋਟੀ, ਐਦਾਂ ਪਸੀਨਾ ਪਸੀਨਾ ਜ਼ਰੂਰ ਹੋ ਗਏ। ਪਰ ਰੋਟੀਆਂ ਪਕਾ ਲਈਆਂ ਅਸੀਂ, ਸਾਰੇ ਕੰਮ ਕਰਨਾ ਜਾਣਦੇ ਹਾਂ। ਇਸ ਕੋ ਏਕ ਸਾਥ ਹਾਥ ਕੇ ਸਾਥ ਬੇਲਣੀ ਪੜੇਗੀ। ਇੱਕ ਵਾਰ ਮੈਂ ਬੇਲਣਾ ਘਰੇ ਹੀ ਭੁੱਲ ਗਿਆ, ਗੱਡੀ ਲੈ ਕੇ ਤੁਰ ਪਿਆ ਹੈਂ, ਔਰ ਉੱਥੇ ਜਾ ਕੇ ਜਿੱਥੇ ਰੋਟੀ ਲੱਗਿਆ ਬਣਾਉਣ, ਮੈਂ ਦੇਖਾਂ ਬੇਲਣਾ, ਮੈਂ ਕਹਿੰਦਾ ਮੈਂ ਬੇਲਣਾ ਤਾਂ ਹੈ ਨਹੀਂ। ਬਾ ਫਿਰ ਬੋਤਲ ਦਿੱਤੀ ਬੀਅਰ ਕੀ, ਬੀਅਰ ਕੀ ਬੋਤਲ ਗੱਲ ਬਣਾ ਬੇਲੀਆਂ, ਫਿਰ ਐਦਾਂ ਐਦਾਂ ਐਦਾਂ। ਆ ਜਾਓ ਫਿਰ ਖਾ ਲਓ ਰੋਟੀ, ਨਵੀਂ ਸਲਾਦ ਵੀ ਹੋ ਗਿਆ ਰੈਡੀ, ਅਤੇ ਇੱਧਰ ਰੋਟੀਆਂ ਵੀ ਚੋਪੜੀਆਂ ਗਈਆਂ ਆਪਣੀਆਂ। ਅਤੇ ਹੁਣ ਆ ਪਈਆਂ ਅੰਕਲ ਦੀ ਮਿਰਚ, ਅਤੇ ਹੁਣ ਖਾਂਦੇ ਹੈ ਅਤੇ ਪ੍ਰਭੂ ਦੇ ਗੁਣ ਗਾਉਂਦੇ ਹੈ। ਲੈ ਵੀ ਅੰਕਲ ਪਾ ਫਿਰ ਰੋਟੀਆਂ, ਨਾ ਸਬਜ਼ੀ। ਕੜਛੀ ਕਿੱਥੇ ਹੈ? ਕੜਛੀ ਤਾਂ ਨਹੀਂ ਹੈ, ਕੜਛੀ ਉੱਪਰ ਹੀ ਰਹਿ ਗਈ ਹੁਣ। ਖਾ ਲਈ ਆਪਾਂ ਰੋਟੀ, ਅਤੇ ਹੁਣ ਧੋਨੇ ਆ ਭਾਂਡੇ। ਇੱਕ ਦੋ ਤਿੰਨ ਚਾਰ ਪੰਜ ਛੇ ਭਾਂਡੇ ਧੋਣੇ ਵਾਲੇ ਆ, ਬਸ ਜ਼ਿਆਦਾ ਭਾਂਡੇ ਨਹੀਂ ਗੰਦੇ ਕਰਦੇ ਅਸੀਂ। ਅੰਕਲ ਮਿਸ਼ਰੀ ਖਾਏਗਾ? ਨਾ ਵੀ ਚੱਲ ਪਏ ਆਪਾਂ ਰੋਟੀ ਖਾ ਕੇ, ਅਤੇ ਅੱਗੇ ਜਿੱਥੇ ਛਾਵਾਂ ਦੀ ਖੂਗੀ ਲਾਵਾਂਗੇ ਸਾਈਡ 'ਤੇ। ਬਹੁਤ ਗਰਮੀ ਹੈ, ਬੁਰਾ ਹਾਲ ਹੋਇਆ ਪਿਆ। ਕਿਉਂ ਅੰਕਲ? ਅੱਗ ਪੈ ਰਹੀ ਹੈ ਪੂਰੀ, ਅੱਗ ਨੀਰੀ ਅੱਗ ਪਰਸ ਰਹੀ ਹੈ, ਨੀਰੀ ਅੱਗ ਵੀ ਜਣਾ ਰੱਬ ਕੋਲੇ ਸਿੱਟ ਰਿਹਾ ਉੱਪਰ ਦੇ ਵਾਲ ਵਾਲ ਐਂ ਹੋ ਰਿਹਾ। ਉਸ ਵੀਰ ਜੀ ਗਰੀਬਾਂ ਦਾ ਏਸੀ ਬੰਦ ਹੋ ਗਿਆ, ਪਤਾ ਨਹੀਂ ਕਿਆ ਚੱਕਰ ਹੋਇਆ ਕਿਆ ਨਹੀਂ। ਪੱਖਾ ਵੀ ਜਵਾਬ ਦੇ ਕਰਦਾ ਸਾਡਾ ਤਾਂ। ਚਲੋ ਦੇਖਦੇ ਹਾਂ ਅੱਗੇ ਛਾਵੇਂ ਕਿਤੇ ਲਾਉਂਦੇ ਹਾਂ ਯਾਰ, ਕਿਉਂਕਿ ਸਿੱਲੀਗੁੜੀ ਦਾ ਰਾਤ ਨੂੰ ਬਾਹਰ ਹੋਣਾ, ਉਹੀ ਕਿਆ ਫਾਇਦਾ, ਗਰਮੀ ਖਾ ਜਾਂਗੇ ਕਿਤੇ। ਲਾ ਬਈ ਇੱਥੇ ਰੁਕ ਗਏ, ਇੱਥੇ ਛਾਵਾਂ ਮਾੜੀ ਮੋਟੀ ਹੈ ਤੀ ਆਹ। ਆਪਾਂ ਨੇ ਚਾਦਰ ਲਾ ਲਈ, ਫੁੱਲਾਂ ਵਾਲੀ ਚਾਦਰ ਲਾ ਲਈ ਮਿੱਤਰਾ, ਹੁਣ ਉਰੇ ਕਰਾਂਗੇ ਰੈਸਟ। ਆਏ ਹਾਏ ਇੰਨੀ ਠੰਡ ਪੈ ਰਹੀ ਹੈ ਨਾ, ਮੈਂ ਕਹਿੰਦਾ ਗੱਲੇ ਛੱਡ ਦਿਓ ਬਾਈ ਜੀ, ਇੰਨੀ ਠੰਡ ਪੈ ਰਹੀ ਹੈ ਕਾਲਜੇ 'ਚ, ਹੋਰ ਰਜਾਈ ਲੈ ਕੇ ਪੈਣਾ ਪਿਆ ਮੈਨੂੰ ਤਾਂ। ਅੰਕਲ ਦਾ ਅਕੜੇ ਗਿਆ ਤਾਂ, ਅੰਕਲ ਪਰ ਤਾਂ ਗਰਮ ਪਾਣੀ ਗਿਰਿਆ ਮੈਂ, ਉਹ ਠੰਡ ਜ਼ਿਆਦਾ ਲੱਗ ਗਈ ਤੀ, ਅੰਕਲ ਐਂ ਆਕੜ ਗਿਆ ਸੀ ਕਿ ਐਂ। ਮੈਂ ਅੰਕਲ ਨੂੰ ਬੁਲਾਈ ਜਾ, ਅੰਕਲ ਮੈਂ ਕਿਹਾ ਕਿਆ ਵਾ ਅੰਕਲ, ਠੰਡ ਮੈਂ ਕਿਹਾ ਉਹ ਠੰਡ ਲੱਗ ਰਹੀ ਨੂੰ, ਮੈਂ ਗਰਮ ਪਾਣੀ ਲਿਆ ਕਰਾ ਕੇ ਫਟਾਫਟ ਅੰਕਲ ਕੇ ਸਿਰ ਨੂੰ ਪਾਇਆ। ਮੈਂ ਕਿਹਾ ਯਾਰ ਮਾਰਾ ਅੰਕਲ ਇਤਨਾ ਆਕੜ ਰਿਹਾ ਠੰਡ ਮਾਂ, ਗਰਮ ਪਾਣੀ ਕਰਾਉਣ ਦੀ ਲੋੜ ਹੀ ਨਹੀਂ, ਗਰਮ ਹੀ ਹੋਏ ਤੇ ਬੋਤਲ ਹੱਥ ਨਹੀਂ ਲੱਗਦਾ, ਅੱਧ ਹੋ ਗਈ ਆਹ ਬੋਤਲ ਲੈ ਕੇ ਆਇਆ ਤਾ, ਹੁਣ ਹਲੇ ਲਿਆ ਕੇ ਗੱਡੀ 'ਚ ਰੱਖੀ ਹੋ ਆ, ਇੰਨੇ 'ਚ ਗਰਮ ਹੋ ਜਾਂਦਾ ਪਾਣੀ। ਹੁਣ ਚੱਲਾਂਗੇ ਇੱਥੋਂ ਸ਼ਾਮ ਜੇ ਨੂੰ ਹੈ ਨਾ, ਐਨ ਠੰਡੇ ਹੋਏ, ਕਿਉਂ ਸਿੱਲੀਗੁੜੀ ਦਾ ਆਪਣਾ ਰਾਤ ਨੂੰ ਬਾਹਰ ਹੋਣਾ।
हाँ जी आ सीगा ब्लॉग का अपना पहला पार्ट, दूजा पार्ट आप करांगे शाम को पलोड़ 6 बजे तक। गलई सत श्री अकाल, ते किदा लगे अज का ब्लॉग कमेंट करके जरूर दस्यो, चैनल नू कर लो सबसक्राइब ते नाल लगदे बैल दे आइकन नू कर दो प्रेस ताकि नोटिफिकेशन पहुँच जाए वीडियो की सब तो पहला। सत श्री अकाल, मिलते हैं अज शाम 6 बजे।